ਇੱਕ ਪ੍ਰਵਾਸੀ ਮਜ਼ਦੂਰ ਨਹਿਰ ਦੇ ਕੰਢੇ ਆਪਦੀਆਂ ਝੁਕੀਆਂ ਪਾ ਕੇ ਬਹਿ ਜਾਂਦੇ ਆ ਤੇ ਪੰਜਾਬ ਦਾ ਕਹਿੰਦਾ ਘੁੰਦਾ ਖੱਬੀ ਖਣ ਪਾ ਕੇ ਡੌਲੇ ਜੇ ਦਿਖਾ ਖਾਂ ਲੱਖਾਂ ਸਦਾਨੇ ਪਹੁੰਚਦਾ ਨਾ ਹੀ ਲੈ ਹਾਂ ਜਿਹੜੇ ਹੈਵੀ ਬੀਜ ਬੇਜ਼ਮੀਨੇ ਆ ਉਹਨਾਂ ਨਾਲ ਲੜ ਕੇ ਤੁਸੀਂ ਕੀ ਕੀ ਮਾਰਕਾ ਮਾਰ ਦੋਗੇ ਪ੍ਰਵਾਸ ਕਰਕੇ ਜਦੋਂ ਅਸੀਂ ਕਿਸੇ ਹੋਰ ਕਿਸੇ ਦੇ ਏਰੀਆ 'ਚ ਜਾਂਦੇ ਆ ਇਹ ਹੋਇਆ ਏ ਗਦਰ ਮੂਵਮੈਂਟ ਦੀ ਨਹੀਂ ਇੱਥੋਂ ਰੱਖੀ ਗਈ ਆ ਜਿਹੜੇ ਭਾਰਤੀ ਮਜ਼ਦੂਰ ਬਾਹਲੀਆਂ ਫੈਕਟਰੀਆਂ 'ਚ ਕੰਮ ਕਰਦੇ ਸੀ ਜਾ ਕੇ ਸਰਾਬੇ ਹੋਰਾਂ ਦੇ ਟਾਈਮ ਗੋਰੇ ਮਜ਼ਦੂਰ ਵਿਤਕਰਾ ਵਿਤਕਰਾ ਕਰਦੇ ਸੀ ਉਹਨਾਂ ਨਾਲ ਆਰਿਆਂ ਦੇ ਵਿੱਚ ਉਹਨਾਂ ਦਾ ਹੀ ਕੁੱਟਕਟਾਪਾ ਹੁੰਦਾ ਸੀਗਾ ਭਾਰਤੀ ਮਜ਼ਦੂਰਾਂ ਨੇ ਇੱਕ ਕਮੇਟੀ ਬਣਾਈ ਹਿੰਦੀ ਪੈਸੀਫਿਕ ਕਾਸਟੋ ਦਾ ਨਾਮ ਰੱਖਿਆ ਇੱਕ ਕਮੇਟੀ ਬਣਾਈ ਪਹਿਲਾਂ ਗਦਰ ਪਾਰਟੀ ਤੋਂ ਪਹਿਲਾਂ ਉਹਦਾ ਸਿਰਫ ਕੰਮ ਇਹ ਸੀਗਾ ਵੀ ਕਾਨੂੰਨੀ ਲੜਾਈਆਂ ਝਗੜਨੀਆਂ ਵਕੀਲ ਕਰਨਾ ਅਦਾਲਤ ਦੇ ਵਿੱਚ ਪੈਰਵਾਹੀ ਕਰਨੀਆਂ ਸਾਡੇ ਭਾਰਤੀ ਮਜ਼ਦੂਰਾਂ ਦੀ ਠੀਕ ਹੈ ਇਹ ਕਿਉਂ ਹੋਇਆ ਸੀ ਕਿਉਂਕਿ ਉਧਰਲੇ ਹਾਕਮਾਂ ਨੇ ਲੋਕ ਵਿਰੋਧੀ ਤਾਕਤਾਂ ਨੇ ਗੋਰੇ ਮਜ਼ਦੂਰਾਂ ਦੇ ਮਨ 'ਚ ਇਹ ਗੱਲ ਬਿਠਾ ਦਿੱਤੀ ਕਿ ਜੇ ਤੁਹਾਡਾ ਕੰਮ ਖੋਇਆ ਤੇ ਨਾ ਭਾਰਤੀ ਮਜ਼ਦੂਰਾਂ ਨੇ ਆ ਕੇ ਖੋਇਆ ਤੇ ਅੱਜ ਪੰਜਾਬ 'ਚ ਵੀ ਇਹੀ ਬੀਜ ਬੀਜਿਆ ਜਾ ਰਿਹਾ ਹੈ ਅਸੀਂ ਫਿਰ ਕਿਵੇਂ ਆਪਦੇ ਆਪ ਨੂੰ ਗਦਰਿਆਂ ਦੇ ਵਾਰਸ ਵਾਰਸ ਕਹਦਾਂਗੇ ਅਜੇ ਫਿਰ ਅੰਗਰੇਜ਼ਾਂ ਦੇ ਵਾਰਸ ਆ ਜਿਹੜੇ ਗੋਰੇ ਮਜ਼ਦੂਰਾਂ ਨੂੰ ਬੇਵਕੂਫ ਬਣਾ ਕੇ ਸਾਡੇ ਗਲਪੋਂ ਆਉਂਦੇ ਸੀਗੇ ਅੱਜ ਉਹ ਪ੍ਰਵਾਸੀ ਮਜ਼ਦੂਰ ਜਿਹਨੂੰ ਇੱਕ ਜੱਟ ਜਦੋਂ ਕਿਸਾਨ ਕਹੀਏ ਵੀ ਖੇਤੀ ਆਪਦਾ ਝੋਨਾ ਵੜਨ ਝੋਨਾ ਬੀਜਣ ਤੋਂ ਪਹਿਲਾਂ ਟਰੈਕਟਰ ਲੈ ਕੇ ਰੇਲਵੇ ਸਟੇਸ਼ਨ ਤੇ ਖੜਾ ਹੁੰਦਾ ਕਾਹਦੇ ਹਾਸਤੇ ਜਾਂਦਾ ਉਹ ਪ੍ਰਵਾਸੀਆਂ ਨੂੰ ਲੱਦ ਕੇ ਲੈ ਕੇ ਆਉਂਦਾ ਨਾ ਠੀਕ ਐਹੋ ਜੀਆਂ ਤਾਕਤਾਂ ਨੂੰ ਜਿੰਨਾ ਮਰਜ਼ੀ ਜ਼ੋਰ ਲਾਉਣ ਨਾ ਪੰਜਾਬ ਕਦੇ ਮੂੰਹ ਨਹੀਂ ਲਾਊਗਾ ਉਹਦਾ ਵਿਚਾਰੇ ਡੀਕ ਦੇ ਕਿਉਂ ਜੋ ਨਾ ਲਵਾਉਣਾ ਉਹਨਾਂ ਤੋਂ ਉਹਨਾਂ ਤੋਂ ਫਸਲ ਕਟਾਉਣੀ ਹੈ ਆਪਦੀ ਤੇ ਜਿਹੜੇ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਵੀ ਕਿਸੇ ਮਜ਼ਦੂਰ ਨੂੰ ਜਾ ਕੇ ਕੁੱਟਤਾ ਹੁਣ ਵਿਚਾਰੇ ਨਹਿਰ ਦੇ ਕੰਡੇ ਆਪਦਾ ਉਹ ਘਰ ਪਾਈ ਬੈਠੇ ਆ ਗਰੀਬ ਗੁਰਪੇ ਲੋਕ ਆ ਉਹ ਤੁਹਾਡੀ ਕੀ ਨਸਲ ਕੁਸ਼ੀ ਕਰ ਦੇਣਗੇ ਉਹ ਤਾਂ ਆਪ ਇੱਕ ਪ੍ਰਵਾਸ ਦਾ ਸੰਤਾਪ ਹਟਾ ਕੇ ਆਪਦਾ ਘਰ ਪਰਿਵਾਰ ਛੱਡ ਕੇ ਇੱਥੇ ਆਏ ਆ ਤੇ ਇੱਕ ਗੱਲ ਉਹਨਾਂ ਨੂੰ ਇਹ ਸਮਝ ਲੈਣੀ ਚਾਹੀਦੀ ਹੈ ਇਨ੍ਹਾਂ ਖੱਬੀ ਖਾਣਾ ਨੂੰ ਕਿ ਉਹ ਕੋਈ ਮਾੜੇ ਨਹੀਂਗੇ ਉਹ ਕੱਢ ਕੇ ਦੇਖੋ ਉਧਰ 10 10 ਬੀਗਿਆਂ ਦੇ ਉਹ ਮਾਲਕ ਆ ਜਿਹੜੇ ਪ੍ਰਵਾਸੀ ਇੱਧਰ ਆ ਕੇ ਕੰਮ ਕਰਦੇ ਆ ਲੁਧਿਆਣੀਆਂ ਫੈਕਟਰੀਆਂ ਦੇ ਮਜ਼ਦੂਰ ਕੱਟ ਕੇ ਦੇਖ ਲੋ ਪਿੱਛੇ ਉਹਨਾਂ ਦੇ ਕੋਲੇ ਜ਼ਮੀਨਾਂ ਬੋਲਦੀਆਂ ਯੂਪੀ ਬਿਹਾਰ ਦੇ ਵਿੱਚ ਪਰ ਕਾਰਨ ਇਹ ਹੈ ਕਿ ਜ਼ਮੀਨਾਂ ਉਜਾਊ ਨਹੀਂ ਹੈਗੀਆਂ ਤੁਹਾਡੇ ਨਾਲੋਂ 10 ਗੁਣਾ ਵੱਧ ਜ਼ਮੀਨਾਂ ਉਹਨਾਂ ਅਗਲਿਆਂ ਕੋਲੇ ਪਰ ਇਹ ਹੈ ਕਿ ਇੱਕ ਤਾਂ ਉਹਦਾ ਘਰ ਪਰਿਵਾਰ ਛੱਡ ਕੇ ਆਏ ਇੱਕ ਬੰਦਾ ਘਰ ਛੱਡ ਕੇ ਮੁੰਬਈ ਜਾਵੇ ਉਹੀ ਉਹੀ ਸਹਿਮਿਆ ਹੁੰਦਾ ਵਿਚਾਰਾ ਨਾ ਚਾਚਾ ਤਾਇਆ ਨਾ ਆਣ ਨਾ ਗਵੜ ਨਾ ਕੋਈ ਸਰਕਾਰੀ ਦਰਬਾਰੇ ਚਲਦੀ ਆ ਉਹਦਾ ਵਿਚਾਰੇ ਨਿਮਾਣੇ ਆ ਤੇ ਸਿੱਖੀ ਤਾਂ ਕਹਿੰਦੀ ਆ ਨਿਮਾਣਿਆਂ ਦਾ ਨਿਮਾਨ ਨਿਤਾਣਿਆਂ ਦੇ ਨਿਤਾਣ ਨਿਓਟਿਆਂ ਦੀ ਓਟ ਉਹ ਤਾਂ ਨਿ ਨਾ ਕਿ ਉਹਨਾਂ ਨੂੰ ਦਬਾਇਆ ਜਾਵੇ ਉਹਨਾਂ ਨੂੰ ਕੁੱਟਿਆ ਜਾਵੇ ਇਸ ਤਰ੍ਹਾਂ ਦਾ ਮਾਹੌਲ ਪਿਛਲੇ ਲੰਬੇ ਸਮੇਂ ਤੋਂ ਪੰਜਾਬ 'ਚ ਬਣ ਰਿਹਾ ਪਹਿਲਾਂ ਗੁਜਰਾ ਦੇ ਖਿਲਾਫ ੜਕਾਉਣ ਦੀ ਕੋਸ਼ਿਸ਼ ਕੀਤੀ ਗਈ ਕਰੋਨਾ 'ਚ ਦੇਖੋ ਜੀ ਇਹ ਤਾਂ ਦੁੱਧ ਦੇ ਵਿੱਚ ਥੁੱਕ ਸਿੱਟ ਦਿੰਦੇ ਆ ਇਹਨਾਂ ਨਾਲ ਕਰੋਨਾ ਫੈਰਦਾ ਫੈਲਦਾ ਉਹਦਾ ਖਿਲਾਫ ੜਕਾਟ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਠੀਕ ਹੈ ਫਿਰ ਤਰ੍ਹਾਂ ਤਰ੍ਹਾਂ ਜਿਹੜੇ ਇਸ ਤਰ੍ਹਾਂ ਦੇ ਟੱਪਰ ਵਸ ਜਿਹਨਾਂ ਨੂੰ ਟੱਪਰ ਵਾਸੀ ਆਪਾਂ ਕਹਿੰਦੇ ਆ ਕਬੀਲੇ ਆ ਗੱਡੀਆਂ ਵਾਲੇ ਆ ਉਹਨਾਂ ਦੇ ਖਿਲਾਫ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਜਿੰਨੀਆਂ ਇਹ ਘਟਨਾਵਾਂ ਵਾਪਰ ਰਹੀਆਂ ਇੱਕ ਤਾਂ ਇਹਨਾਂ ਦਾ ਸਿੱਖੀ ਫਲਸਫੇ ਨਾਲ ਕੋ ਸਿੱਖੀ ਨਤਾਨਿਆਂ ਦੀ ਆ ਸਿੱਖੀ ਗਰੀਬ ਗੁਰਬਾਂ ਦੀ ਆ ਸਿੱਖੀ ਮਜਲੂਮਾਂ ਦੀ ਆ ਤੇ ਜਿਹੜੇ ਸਿੱਖੀ ਦਾ ਢੋਂਗ ਦਾਵਾ ਕਰਕੇ ਤੇ ਗਲ ਨਤਾਨਿਆਂ ਦੇ ਪੈਂਦੇ ਆ ਅਸਲ ਚ ਇਹ ਬਾਬਰਾਂ ਦੇ ਇਹ ਔਰੰਗਜ਼ੇਬਾ ਦੇ ਵਾਰਸ ਆ ਇਹਨਾਂ ਦੇ ਖਿਲਾਫ ਵੀ ਜਿਹੜਾ ਪੰਜਾਬ ਨੂੰ ਬੋਲਣਾ ਪਊਗਾ ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਕੁੱਲ ਮਿਲਾ ਕੇ ਭਾਜਪੀ ਦਾ ਜਿਹੜਾ ਏਜੰਡਾ ਹੈਗਾ ਆਦਵਾਸੀਆਂ ਨੂੰ ਮਾਰਨਾ ਮੁਸਲਮਾਨਾਂ ਨੂੰ ਮਾਰਨਾ ਦਲਤਾਂ ਨੂੰ ਮਾਰਨਾ ਉਹਨੂੰ ਫਿੱਟ ਬੈਠਦਾ ਕਿਤੇ ਨਾ ਕਿਤੇ ਉਹਦੀ ਇਹ ਜਿਹੜਾ ਹੈਗਾ ਉਹ ਉਹਨੂੰ ਫਾਇਦਾ ਬਚਾਉਂਦਾ ਜਿਹੜੇ ਇਸ ਤਰ੍ਹਾਂ ਦੀਆਂ ਘਟਨਾਵਾਂ ਕਰ ਰਹੇ ਆ ਉਹਨਾਂ ਨੂੰ ਇਹਨਾਂ ਗੱਲਾਂ ਤੋਂ ਬਾਜ ਹੋਣੀ ਚਾਹੀਦੀ